जिवें जिवें समाज बदलता गया, तरीके बदलते गए, जिवें किसानी ते हुण सीधा हमला होया, एदा सीधा हमला कदे नहीं होया, होर तरीके नाल हमले होंदे रहे, कदे साडी जवानी नशे ते लाउण दी कोशिश कीती गई जां होर तरीके नाल जुल्म करन दी कोशिश कीती गई, पर अज सीधा हमला होया किसानी दे उत्ते। जिहड़ी साडे समाज नूं इक वड्डी लोड़ सी, एकता दी लोड़ सी, जिहड़ी साडी भाईचारे दी लोड़ सी, ओह साडी सांझ जिहड़ी वापस होई है। लोग अलग अलग धर्मों के अलग अलग जातों के लोग बैठे ने उत्थे, कोई बंदा किसी ने पूछ नहीं रहा कि तेरे धर्म है कि जात है तू, सो एक वड्डी गल है, ये जितते हुए सी, ये तो हुण पॉइंटां दी लड़ाई है। 1919 ਦੇ ਵਿੱਚ ਇਸੇ ਦਿਨ ਹੀ ਜਲਿਆਂਵਾਲਾ ਬਾਗ ਦਾ ਸਾਕਾ ਹੁੰਦਾ, 1978 ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਇਸੇ ਸਮੇਂ 'ਤੇ ਨਿਰੰਕਾਰੀ ਕਾਂਡ ਵਾਪਰਦਾ, ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਸੇ ਦਿਨ ਦੇ ਨਾਲ ਜੁੜੀਆਂ ਹੋਈਆਂ ਨੇ, ਤਾਂ ਉਸ ਦੇ ਵਿੱਚੋਂ ਵੀ ਨਿਕਲ ਕੇ ਨੌਜਵਾਨ ਜਾਂ ਉਸ ਵੇਲੇ ਪੰਜਾਬੀ ਕੌਮ ਹੋ ਗਈ, ਸਿੱਖ ਕੌਮ ਹੋ ਗਈ, ਉਹਨਾਂ ਨੇ ਟਾਕਰਾ ਕੀਤਾ। ਲੱਗਦਾ ਕਿ ਇੱਕ ਵਾਰ ਫਿਰ ਕਿਸਾਨੀ ਅੰਦੋਲਨ ਵੀ ਪਰਖ ਹੋ ਰਹੀ ਹੈ ਸਾਡੀ, ਇਸ ਦੇ ਵਿੱਚ ਵੀ ਟਾਕਰਾ ਕਰਕੇ ਜਿੱਤ ਹਾਸਲ ਹੋ ਰਹੀ। ਬਿਲਕੁਲ ਸਮਾਂ ਬਦਲਿਆ, ਸਮੇਂ ਨਾਲ ਪਰਖਾਂ ਬਦਲੀਆਂ, ਪਰਖਾਂ ਦਾ ਸਟਾਈਲ ਬਦਲਿਆ, ਪਰ ਜ਼ਬਰ ਅਤੇ ਜ਼ੁਲਮ ਦੀ ਟੱਕਰ ਤਾਂ ਉਹੀ ਹੈ, ਉਹ ਇੱਕ ਸੇਮ ਚੀਜ਼ ਹੈ, ਉਵੇਂ ਹੀ ਜ਼ੁਲਮ ਹੈ। ਤਰੀਕੇ ਬਦਲ ਕੇ ਜਿਵੇਂ ਜਿਵੇਂ ਸਮਾਜ ਬਦਲਦਾ ਗਿਆ, ਤਰੀਕੇ ਬਦਲਦੇ ਗਏ, ਜਿਵੇਂ ਕਿਸਾਨੀ 'ਤੇ ਹੁਣ ਸਿੱਧਾ ਹਮਲਾ ਹੋਇਆ, ਐਦਾਂ ਸਿੱਧਾ ਹਮਲਾ ਕਦੇ ਨਹੀਂ ਹੋਇਆ, ਹੋਰ ਤਰੀਕੇ ਨਾਲ ਹਮਲੇ ਹੁੰਦੇ ਰਹੇ, ਕਦੇ ਸਾਡੀ ਜਵਾਨੀ ਨਸ਼ੇ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਹੋਰ ਤਰੀਕੇ ਨਾਲ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਜ ਸਿੱਧਾ ਹਮਲਾ ਹੋਇਆ ਕਿਸਾਨੀ ਦੇ ਉੱਤੇ। ਹੁਣ ਕਿਵੇਂ ਇਸ ਵੇਲੇ ਜਿਸ ਤਰੀਕੇ ਦੇ ਮਾਹੌਲ ਬਣਿਆ ਹੋਇਆ, ਕਰੋਨਾ ਦੇ ਨਾਮ 'ਤੇ ਵੀ ਇੱਕ ਹਿਸਾਬ ਦੇ ਨਾਲ ਕਿਹਾ ਜਾ ਰਿਹਾ ਕਿ ਲੋਕ ਘਰਾਂ 'ਚ ਹੀ ਬੜੇ ਰਹਿਣ, ਦੂਜੇ ਪਾਸੇ ਅੰਦੋਲਨ ਜਿਹੜੇ ਹੋ ਰਹੇ ਆ, ਪੋਲੀਟੀਕਲ ਰੈਲੀਆਂ ਹੋ ਰਹੀਆਂ, ਉਹਨਾਂ ਨੂੰ ਰੋਕਿਆ ਜਾ ਰਿਹਾ, ਲੱਗਦਾ ਕਿ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਦੇਖੋ ਇਹ ਤਾਂ ਅੰਦੋਲਨ ਨੂੰ ਦਬਾਉਣ ਦੀਆਂ ਗੱਲਾਂ ਨੇ, ਸਾਰੀਆਂ ਸਾਜ਼ਿਸ਼ਾਂ ਨੇ। ਜਿਵੇਂ ਜਿਵੇਂ ਸਮਾਜ ਬਦਲਿਆ, ਸਮਾਜ 'ਚ ਨਵੀਨਤਾ ਆਉਂਦੀ ਗਈ, ਵਿਗਿਆਨਕ ਯੁੱਗ ਵੱਧਦਾ ਗਿਆ, ਉਵੇਂ ਉਵੇਂ ਨਵੇਂ ਤਰੀਕੇ ਲੱਭਦੇ ਗਏ ਕਿ ਕਿਸ ਕਿਹੜੇ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਤਾਂ ਲੱਗਦਾ ਕਿ ਇਸ ਅੰਦੋਲਨ ਦੀ ਹੁਣ ਅਸੀਂ ਉਸ ਪੈਰ 'ਤੇ ਆ ਜਾਂ ਉਸ ਦੌਰ ਦੇ ਵਿੱਚ ਹੈਗੇ ਹਾਂ ਜਿੱਥੋਂ ਜਿੱਤ ਨਜ਼ਦੀਕ ਹੈਗੀ ਆ, ਜਾਂ ਫਿਰ ਸਰਕਾਰਾਂ ਉਲਝਾਉਣਗੀਆਂ ਹਾਲੇ। ਨਹੀਂ ਬਿਲਕੁਲ ਜਿੱਤ ਤਾਂ ਨਜ਼ਦੀਕ ਹੈ, ਮੈਂ ਕਹਿੰਦਾ ਦੇਖੋ ਪੁਆਇੰਟਾਂ ਦਾ ਨਹੀਂ ਮੈਨੂੰ ਪਤਾ, ਪਰ ਜਿੱਤੇ ਅਸੀਂ ਹੋਏ ਹਾਂ ਆਲਰੇਡੀ। ਜਿਹੜੀ ਸਾਡੇ ਸਮਾਜ ਨੂੰ ਇੱਕ ਵੱਡੀ ਲੋੜ ਸੀ, ਏਕਤਾ ਦੀ ਲੋੜ ਸੀ, ਜਿਹੜੀ ਸਾਡੀ ਭਾਈਚਾਰੇ ਦੀ ਲੋੜ ਸੀ, ਉਹ ਸਾਡੀ ਸਾਂਝ ਜਿਹੜੀ ਵਾਪਸ ਹੋਈ ਹੈ। ਲੋਕ ਅਲੱਗ ਅਲੱਗ ਧਰਮਾਂ ਦੇ ਅਲੱਗ ਅਲੱਗ ਜਾਤਾਂ ਦੇ ਲੋਕ ਬੈਠੇ ਨੇ ਉੱਥੇ, ਕੋਈ ਬੰਦਾ ਕਿਸੇ ਨੂੰ ਪੁੱਛ ਨਹੀਂ ਰਿਹਾ ਕਿ ਤੇਰੇ ਧਰਮ ਦਾ ਕਿਹੜੀ ਜਾਤ ਹੈ ਤੂੰ, ਸੋ ਇੱਕ ਵੱਡੀ ਗੱਲ ਹੈ, ਇਹ ਜਿੱਤੇ ਹੋਏ ਸੀ। ਇਹ ਤਾਂ ਹੁਣ ਪੁਆਇੰਟਾਂ ਦੀ ਲੜਾਈ ਹੈ ਵੀ ਕਿਹੜੇ ਪੁਆਇੰਟ ਰਹਿ ਗਏ। ਜਿਹੜੇ ਸਰਕਾਰ ਨੇ ਹੱਥਕੰਡੇ ਅਪਣਾਏ ਸੀ ਜਾਤਾਂ ਦੇ ਨਾਂ 'ਤੇ, ਧਰਮਾਂ ਦੇ ਨਾਂ 'ਤੇ, ਬਾਅਦ 'ਚ ਫਿਰ ਆ ਕੇ ਫਿਰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਫੇਲ ਹੋ ਗਈਆਂ ਚਾਲਾਂ। ਮੈਂ ਸਮਝਦਾ ਕਿ ਜਿੱਤੇ ਬਹੁਤ ਨੇੜੇ ਸੀ। ਮਲਕੀਤ ਜੀ, ਜਦੋਂ ਦਾ ਅੰਦੋਲਨ ਚੱਲ ਰਿਹਾ, 4.5 ਮਹੀਨੇ ਹੋ ਗਏ, 26 ਨੂੰ 5 ਮਹੀਨੇ ਹੋ ਜਾਣੇ ਆ, ਸਰਕਾਰ ਦੇ ਬਾਰੇ ਜ਼ਹਿਨ 'ਚ ਕੀ ਆਉਂਦਾ, ਤੁਹਾਡੇ ਜ਼ਹਿਨ ਦੇ ਵਿੱਚ ਸਿੱਧੇ ਤੌਰ 'ਤੇ ਸਰਕਾਰ ਕੀ ਕਰ ਰਹੀ ਹੈ, ਜ਼ਹਿਨ 'ਚ ਕੀ ਚੱਲ ਰਿਹਾ? ਦੇਖੋ ਸਰਕਾਰ ਅੰਦਰੋਂ ਡਰੀ ਹੋਈ ਹੈ, ਬਿਲਕੁਲ ਮੂਦੇ ਮੂੰਹ ਹੋਈ ਹੋਈ ਹੈ, ਸਿਰਫ ਇੱਕ ਪ੍ਰੈਸਟ ਇਸ਼ੂ ਬਣਿਆ ਹੋਇਆ, ਇੱਕ ਈਗੋ ਦਾ ਮਸਲਾ ਬਣਿਆ ਹੋਇਆ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਤਾਂ ਉਹ ਬੰਦੇ ਸੀ ਜਿਹੜੇ ਸਭ ਨੂੰ ਠੀਕ ਠੋਕ ਕੇ ਕਹਿੰਦੇ ਸੀ ਕਿ ਸਾਡੀ ਮੁਖਾਲਫਤ ਕਰਨ ਵਾਲੇ ਬੰਦੇ ਹੀ ਕੋਈ ਨਹੀਂ, ਸਾਡੇ ਅਸੀਂ ਜੋ ਮਰਜ਼ੀ ਕਰੀਏ ਸਾਡੇ ਖਿਲਾਫ਼ ਬੋਲਣ ਵਾਲਾ ਬੰਦੇ ਹੀ ਕੋਈ ਨਹੀਂ ਹੈ। ਸੋ ਇਹ ਜਿਹੜੀ ਈਗੋ ਹੈ ਸਰਕਾਰ ਨੂੰ ਇਹ ਨਹੀਂ ਅੱਗੇ ਆਉਣ ਦੀ, ਬਾਕੀ ਸਰਕਾਰ ਮੁੱਦੇ ਵੀ ਆ, ਤੁਸੀਂ ਦੇਖਿਓ ਥੋੜ੍ਹੇ ਦਿਨਾਂ ਤੱਕ ਬਹੁਤ ਬੁਰਾ ਹਾਲ ਹੋਣ ਵਾਲਾ। ਆਪਣੇ ਵੱਲੋਂ ਨੌਜਵਾਨਾਂ ਨੂੰ ਅਤੇ ਜਿਹੜੇ ਲੋਕ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ ਉਹਨਾਂ ਨੂੰ ਕੋਈ ਸੁਨੇਹਾ? ਸੁਨੇਹਾ ਉਹਨਾਂ ਨੂੰ ਇਹੀ ਹੈ ਕਿ ਸਬਰਾਂ ਦਾ ਮੁਕਾਬਲਾ ਜਬਰਾਂ ਨਾਲ ਸਾਡੇ ਬਜ਼ੁਰਗਾਂ ਨੇ ਕੀਤਾ, ਅਸੀਂ ਉਸੇ ਤਰ੍ਹਾਂ ਕਰਾਂਗੇ ਅਤੇ ਜਿੱਤਾਂਗੇ ਅੱਗੇ ਜਾ ਕੇ। ਸੋ ਇਹ ਸਨ ਮਲਕੀਤ ਸਿੰਘ ਰੌਣੀ, ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਸਬਰ ਦੇ ਨਾਲ ਜਬਰ ਦਾ ਮੁਕਾਬਲਾ ਕਰਾਂਗੇ ਤਾਂ ਜਿੱਤ ਸਾਡੀ ਹੋਵੇਗੀ। ਫਿਲਹਾਲ ਇਸ ਤਰੀਕੇ ਨਾਲ ਵੱਖ ਵੱਖ ਹਿੱਸਿਆਂ 'ਤੇ ਪੰਜਾਬ ਦੇ ਵਿੱਚ ਲਗਾਤਾਰ ਅੰਦੋਲਨ ਵੀ ਹੋ ਰਹੇ ਨੇ, ਰੈਲੀਆਂ ਵੀ ਹੋ ਰਹੀਆਂ ਨੇ, ਅਤੇ ਕਿਤੇ ਨਾ ਕਿਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਜੁੜੋ ਤਾਂ ਜੋ ਇਸ ਅੰਦੋਲਨ ਦੇ ਜ਼ਰੀਏ ਸਰਕਾਰ ਤੋਂ ਆਪਣੇ ਹੱਕ ਜਿਹੜੇ ਨੇ ਉਹ ਵਾਪਸ ਲਏ ਜਾਣ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਸਹਿਯੋਗੀ ਜਸਪ੍ਰੀਤ ਦੇ ਨਾਲ ਹਰਦੀਪ ਸਿੰਘ ਪੋਗਲ, ਸਪੋਕਸਮੈਨ ਟੀਵੀ, ਸ੍ਰੀ ਅਨੰਦਪੁਰ ਸਾਹਿਬ।